ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੇਰਾ ਨਾਮ ਸੁਖਦੀਪ ਸਿੰਘ ਆ, ਪਿੰਡ ਵਾਂਦਾ ਡੋੜਾ। ਤਾਂ ਆਪਾਂ ਪਿਛਲੇ 2-3 ਸਾਲ ਤੋਂ ਚਾਰ ਲਈ ਮੱਕੀ ਬੀਜਦੇ ਆ ਰਹੇ ਹੈਗੇ ਦੋਸਤੋ। ਜਿਹੜਾ ਇਸ ਵਾਰ ਆਪਾਂ ਵਰਾਇਟੀ ਬੀਜੀ ਹੈਗੀ ਉਹ 30-33 ਬੀਜੀ ਹੈਗੀ ਆ। ਦੂਜੀਆਂ ਵਰਾਇਟੀਆਂ 'ਤੇ ਉਹਦੇ ਵਿੱਚ ਜਿਹੜਾ ਫਰਕ ਹੈਗਾ ਦੋਸਤੋ, ਮੈਨੂੰ ਇਹ ਲੱਗਿਆ ਹੈਗਾ ਕਿ ਉਹਨਾਂ ਨੂੰ ਜ਼ਿਆਦਾ ਹਰੀ ਭਰੀ ਰਹਿੰਦੀ ਹੈਗੀ ਆ, ਛੱਲੀਆਂ ਵੀ ਜ਼ਿਆਦਾ ਲੱਗਦੀਆਂ ਹੈਗੀਆਂ, ਅਤੇ ਚਾਰਾ ਵੀ ਪੱਤਾ ਵੀ ਇਹਦਾ ਮੋਟਾ ਹੈਗਾ, ਚਾਰਾ ਜ਼ਿਆਦਾ ਬਣੂਗਾ ਦੋਸਤੋ। ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹੈਗਾ ਵੀ ਜੇ ਆਪਾਂ ਮੱਥਾ ਮਾਰਦੇ ਹੈਗੇ ਹਾਂ ਤਾਂ ਆਪਾਂ ਕਿਉਂ ਨਾ ਵਧੀਆ ਵਰਾਇਟੀ ਬੀਜੀਏ, ਜਿਸ ਕਾਰਨ ਆਪਾਂ ਨੂੰ ਰਿਜ਼ਲਟ ਵੀ ਵਧੀਆ ਮਿਲੇ ਅਤੇ ਪੈਦਾਵਾਰ ਵੀ ਆਪਣੀ ਵਧੀਆ ਹੋਵੇ। ਥੈਂਕ ਯੂ।